ਪਹਿਲਾਂ ਵੀ ਜੋ ਟੈਕਸ ਸੀਗੇ ਜਾਂ ਵੈਟ ਸੀਗੀ ਜਿਹੜੇ ਚੀਜ਼ 'ਤੇ ਲੱਗਦੇ ਸੀ ਦੇ ਰਹੇ ਸੀਗੇ ਕਿਉਂਕਿ ਸਭ ਲੋਕ ਦੇ ਰਹੇ ਸੀ ਕੋਈ ਇਸ਼ੂ ਨਹੀਂ ਹੈਗਾ ਸੀ ਅਗਰ ਗੁਰਦੁਆਰੇ 'ਚ ਏ ਸੀ ਲੱਗਦਾ ਸੀ ਅਸੀਂ ਵੀ ਟੈਕਸ ਦੇ ਕੇ ਲੈ ਕੇ ਆਉਂਦੇ ਸੀ ਅਗਰ ਕੋਈ ਕਿਸੇ ਦਾਲ ਚੀਨੀ ਜਾਂ ਕਿਸੇ 'ਤੇ ਕੋਈ ਟੈਕਸ ਜਾਂ ਵੈਟ ਸੀ ਅਸੀਂ ਦੇ ਕੇ ਲੈ ਕੇ ਆਉਂਦੇ ਸੀ ਸਾਨੂੰ ਉਹ 'ਚ ਕੋਈ ਦਿੱਕਤ ਨਹੀਂ ਸੀ ਪਰ ਹੁਣ ਜਿਹੜਾ ਇੱਕ ਨਵਾਂ ਪ੍ਰੋਸੀਜਰ ਤਹਿਤ ਉਹਨਾਂ ਨੇ ਇਹ ਕੰਮ ਲਾਗੂ ਕਰਤਾ ਕਿ ਜਿਹੜੇ ਗੁਰਦੁਆਰਾ ਸਾਹਿਬ ਦੇ ਅੰਦਰ ਜਿਹੜੀ ਪ੍ਰਕਿਰਿਆ ਹੋ ਰਹੀ ਆ ਉਹਦੇ ਉੱਤੇ ਵੀ GST ਲੱਗੇਗੀ ਜਿਹੜਾ ਪ੍ਰਸ਼ਾਦ ਦਿੱਤਾ ਜਾਏਗਾ ਅਗਰ ਉਹਦੇ 'ਤੇ ਵੀ GST ਲੱਗੇਗੀ ਵੋਲੰਟੀਅਰਲੀ ਕੋਈ ਪੈਸਾ ਪਾਉਣਾ ਚਾਹੁੰਦੇ ਨੇ ਜਾਂ ਉਹਦੀ ਕੋਈ ਰਸੀਦ ਕਟਾਉਂਦੇ ਨੇ ਉਹਨੂੰ GST ਐਡ ਕਰਕੇ ਦਿੱਤੀ ਜਾਏਗੀ ਇਹਦੇ 'ਤੇ ਤਾਂ ਮੈਂ ਸਮਝਦਾ ਕਿ ਸਾਡਾ ਬੜਾ ਸਖਤ ਇਤਰਾਜ਼ ਆ।